40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਮਰੀਕਾ ਗਏ ਨੌਜਵਾਨ ਦੇ ਨਾਲ ਵਾਪਰਿਆ ਵੱਡਾ ਪਾਣਾ ਡਵਾਈਡਰ ਦੇ ਨਾਲ ਟਕਰਾਈ ਕਾਰ ਅਤੇ ਹੋ ਗਈ ਨੌਜਵਾਨ ਦੀ ਮੌਤ ਜੀ ਹਾਂ ਅਮਰੀਕਾ ਤੋਂ ਬੇहद ਹੀ ਦੁਖਦਾਈ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਨੌਜਵਾਨ ਮੁੰਡੇ ਦੇ ਨਾਲ ਬੇहद ਹੀ ਦਰਦਨਾਕ ਘਟਨਾ ਵਾਪਰੀ ਹੈ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸਦੇ ਨੇ ਤੇ ਕਰਜ਼ਾ ਲੈ ਲੈ ਕੇ ਆਪਣੇ ਦੇਸ਼ ਦੇ ਵਿੱਚੋਂ ਯਾਨੀ ਕਿ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵਿਦੇਸ਼ਾਂ ਨੂੰ ਰੁੱਖ ਕਰਦੇ ਨੇ ਆਪਣੇ ਸੋਹਣੇ ਭਵਿੱਖ ਦੇ ਸੁਪਨੇ ਦੇਖਦੇ ਨੇ ਅਜੇ ਹਾ ਹੀ ਇੱਕ ਸੋਣਾ ਸੁਪਨਾ ਲੈ ਕੇ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਇੱਕ ਨੌਜਵਾਨ ਅਮਰੀਕਾ ਗਿਆ ਸੀ ਜਿੱਸਤੇ ਦਰਦਨਾਕ ਮੌਤ ਹੋ ਗਈ ਹੈ ਆਖਰ ਕੀ ਹੈ ਪੂਰਾ ਮਾਮਲਾ ਉਹ ਪੂਰੀ ਜਾਣਕਾਰੀ ਦੇਣਿਆ ਅੱਜ ਦੇ ਇਸ ਵੀਡੀਓ ਦੇ ਮਾਧਿਅਮ ਦਰਾਹੀਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸਦੇ ਹਾਂ ਕਿ ਬੇहद ਹੀ ਦਰਦਨਾਕ ਮਾਮਲਾ ਜੋ ਹੈ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਰਨਾਲ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 17 ਅਕਤੂਬਰ ਨੂੰ ਦੱਸਦੇ ਹਾਂ ਕਿ ਨਿਊ ਜਰਸੀ ਸਿਟੀ ਦੇ ਵਿੱਚ ਭਾਰਤ ਨਰਵਾਲ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਉਸਦੇ ਸਾਥੀ ਦੀ ਵੀ ਮੌਤ ਹੋ ਗਈ 3 ਸਾਲ ਪਹਿਲਾਂ ਨੌਜਵਾਨ ਸਾਈਪਰਸ ਦੇ ਵਿੱਚ ਪੜ੍ਹਾਈ ਕਰਕੇ ਭਾਰਤ ਪਰਤਿਆ ਸੀ ਉਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ ਪੁੱਤਰ ਦੀ ਮੌਤ ਦੀ ਖਬਰ ਤੋਂ ਬਾਅਦ ਮਾਪਿਆਂ ਸਮੇਤ ਪੂਰੇ ਪਿੰਡ ਦੇ ਵਿੱਚ ਹੀ ਸੋਗ ਦੀ ਲਹਿਰ ਦੇਖੀ ਜਾ ਸਕਦੀ ਹੈ ਭਾਰਤ ਦੇ ਚਚੇਦੇ ਭਰਾ ਰਵਿੰਦਰ ਨਰਵਾਲ ਨੇ ਇਸ ਮਾਮਲੇ ਤੇ ਗੱਲ ਕਰਦੇ ਦੱਸਿਆ ਕਿ ਉਸਦੇ ਚਾਚਾ ऋषिपाल ने रिश्तेदारा तो 40 लाख रुपये का कर्जा चुकके उसको डोंकी राही अमेरिका ਦੇ ਵਿੱਚ ਭੇਜਿਆ ਸੀ ਭਾਰਤ ਪਿਛਲੇ 8 ਮਹੀਨਿਆਂ ਤੋਂ ਨਿਊ ਜਰਸੀ ਸਿਟੀ ਦੇ ਵਿੱਚ ਇੱਕ ਸਟੋਰ ਦੇ ਵਿੱਚ ਕੰਮ ਕਰ ਰਿਹਾ ਸੀ ਉਸਦੇ ਨਾਲ ਇੱਕ ਮੈਕਸੀਕੋ ਦਾ ਨੌਜਵਾਨ ਵੀ ਰਹਿੰਦਾ ਸੀ 17 ਅਕਤੂਬਰ ਦੀ ਰਾਤ ਨੂੰ ਉਹ ਸਟੋਰ ਤੋਂ ਕੰਮ ਖਤਮ ਕਰਕੇ ਆਪਣੇ ਦੋਸਤ ਦੀ ਕਾਰ ਦੇ ਵਿੱਚ ਘਰ ਦੇ ਵਿੱਚ ਜਾ ਰਹੇ ਸੀ ਰਸਤੇ ਦੇ ਵਿੱਚ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ ਅਤੇ ਸੜਕ ਤੇ ਹੀ ਪਲਟ ਗਈ ਜਿਸ ਦੇ ਵਿੱਚ ਭਰਤ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ ਇਸ ਸੰਬੰਧੀ ਪਿਤਾ ਰਿਸ਼ੀਪਾਲ ਨੇ ਗੱਲ ਕਰਦਿਆਂ ਦੱਸਿਆ ਕਿ ਹਾਦਸੇ ਤੋਂ ਇੱਕ ਦਿਨ ਪਹਿਲਾਂ ਉਸਦੀ ਆਪਣੇ ਪੁੱਤਰ ਭਾਰਤ ਦੇ ਨਾਲ ਗੱਲ ਹੋਈ ਸੀ ਬੇਟਾ ਕਹਿ ਰਿਹਾ ਸੀ ਕਿ ਪਾਪਾ ਟੈਨਸ਼ਨ ਨਾ ਲਓ ਮੈਂ ਜਲਦੀ ਹੀ ਸਾਰਿਆਂ ਦੇ ਸਾਰੇ ਪੈਸੇ ਵਾਪਸ ਕਰ ਦਵਾਂਗਾ ਅਤੇ ਸਾਰਾ ਕਰਜ਼ਾ ਉਤਾਰ ਦੇਵਾਂਗਾ ਉੱਥੇ ਹੀ ਚਚੇਰੇ ਭਰਾ ਰਵਿੰਦਰ ਨੇ ਦੱਸਿਆ ਕਿ ਭਾਰਤ ਆਪਣੇ ਮਾਪਿਆਂ ਦਾ ਇਕਲੌਤਾ ਹੀ ਸਹਾਰਾ ਸੀ ਉਸਦੀ ਇੱਕ ਵੱਡੀ ਭੈਣ ਵੀ ਹੈ ਜੋ ਵਿਆਹੀ ਹੋਈ ਹੈ ਰਤ ਨੂੰ ਉਸਦੇ ਮਾਤਾ ਪਿਤਾ ਨੇ ਬਹੁਤ ਪਿਆਰ ਦੇ ਨਾਲ ਪਾਲਿਆ ਜਦੋਂ ਪੁੱਤਰ ਕਮੌਲ ਲੱਗਾ ਤਾਂ ਰੱਬ ਨੇ ਮਾਪਿਓ ਤੋਂ ਉਹਨਾਂ ਦਾ ਸਹਾਰਾ ਹੀ ਖੋ ਲਿਆ ਦੱਸਦੇ ਆ ਕਿ ਪਿੰਡ ਵਾਲਿਆਂ ਤੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਕਰੇ ਅਤੇ ਉਹਨਾਂ ਦੇ ਪੁੱਤਰ ਦਾ ਸੰਸਕਾਰ ਆਪਣੇ ਪਿੰਡ ਦੇ ਵਿੱਚ ਕਰਵਾਣ ਚੰਤਨੀ ਸੋ ਇੱਕ ਹੋਰ ਨੌਜਵਾਨ ਦੇ ਨਾਲ ਦਰਦਨਾਕ ਹਾਦਸਾ ਹੋਇਆ ਅਮਰੀਕਾ ਦੇ ਵਿੱਚ ਰਹਿੰਦਿਆ ਮੌਤ ਹੋਈ ਹੈ